ਇਸ ਸਮੇਂ ਅਜਿਹੀ ਕੋਈ ਸਥਿਤੀ ਹੈ ਕਿ ਉਹ ਸਲੈਬ ਨੂੰ ਹਿਲਾ ਕੇ ਜਾਂ ਪਾਸੇ ਕਰਕੇ ਕੋਈ ਅੱਗੇ ਵੱਧ ਜਾਏਗਾ? ਨਹੀਂ ਪੋਸੀਬਲ ਹੈਗਾ, ਕਿਉਂਕਿ ਉਹ ਸਲੈਬ ਹੈ ਜਿਹੜੀ ਇੱਕ ਇੱਕ ਵੱਡੀ JCB ਜਾਂ ਕਰੇਨ ਦੇ ਨਾਲ ਹੀ ਹਿੱਲ ਸਕਦੀ ਹੈ, ਜਾਂ ਤੁਸੀਂ 2-3 ਟਰੈਕਟਰ ਪਾਏ ਹੋਣ, ਉਸ ਤੋਂ ਬਾਅਦ ਤੁਸੀਂ ਖਿੱਚਣਾ ਸ਼ੁਰੂ ਕਰੋ ਤਾਂ ਪੋਸੀਬਿਲਿਟੀ ਹੈ ਕਿ ਉੱਥੋਂ ਹਿੱਲੇਗੀ। ਜਿਹੜੀਆਂ ਮੈਂ ਸਵੇਰ ਤੋਂ ਇੱਥੇ ਵੱਡੀਆਂ ਵੱਡੀਆਂ ਸਲੈਬਸ ਦਿਖਾ ਰਿਹਾ, ਤਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਰਿਹਰਸਲ, ਜਾਂ ਫਿਰ ਜਿਹੜੇ ਪੰਜਾਬ ਵਾਲੇ ਵੱਖ ਵੱਖ ਥਾਵਾਂ ਤੋਂ ਹਿੱਸਿਆਂ ਤੋਂ ਕਿਸਾਨ ਅੱਗੇ ਵੱਧ ਰਹੇ ਨੇ, ਉਹਨਾਂ ਤੱਕ ਇੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਿ ਹਰਿਆਣਾ ਪੁਲਿਸ ਨੇ ਤਿਆਰੀ ਕਿਸ ਤਰੀਕੇ ਦੀ ਕੀਤੀ ਹੈ ਕਿ ਜੇ 200-400 ਲੋਕਾਂ ਦੇ ਲਈ ਇਹਨਾਂ ਨੇ 10-20-30 ਛੱਡ ਦਿੱਤੇ ਨੇ, ਕਾਬਿਲੇ ਗੌਰ ਹੈ ਟੀਅਰ ਗੈਸ ਬੰਬ, ਤਾਂ ਫਿਰ ਜੇ ਕੱਲ੍ਹ ਨੂੰ ਇੱਥੇ 1,000, 2,000, 5,000, 10,000 ਲੋਕ ਹੋਣਗੇ ਤਾਂ ਉਸ ਦੇ ਲਈ ਕਿੰਨੀਆਂ ਤਿਆਰੀਆਂ ਹੋਣਗੀਆਂ। ਔਰ ਮੈਂ ਜ਼ਿਕਰ ਕਰਾਂ ਕਿ ਟਾਈਮ ਟਾਈਮ ਦੇ ਉੱਤੇ ਹਰ 10-15 ਮਿੰਟ ਬਾਅਦ, ਪਿਛਲੇ 40-45 ਮਿੰਟ ਜਾਂ 1 ਘੰਟਾ ਕਵਾਂ, ਉਸ ਦੇ ਵਿੱਚ ਕੋਈ ਡਰੋਨ ਉੱਡਦਾ। ਇਨਫੈਕਟ ਮੈਂ ਡਰੋਨ ਦਾ ਜ਼ਿਕਰ ਕਰਾਂ ਤਾਂ ਜੋ ਮੈਂ ਦੇਖ ਪਾਇਆ 2-3 ਡਰੋਨ ਅਲੱਗ ਅਲੱਗ ਕੈਟਾਗਰੀਜ਼ ਦੇ, ਇੱਕ ਬਹੁਤ ਤੁਸੀਂ ਕਹਿ ਸਕਦੇ ਹੋ ਹਾਈਟੈਕ ਡਰੋਨ ਸੀ ਜਿਹੜਾ ਕਾਫੀ ਵੱਡਾ ਲੱਗ ਰਿਹਾ ਸੀ, ਉਹ ਇਹ ਵੀ ਕਹਿ ਸਕਦੇ ਹੋ ਕਿ ਉਹ ਸ਼ਾਇਦ ਅੱਗੇ 1 ਕਿਲੋਮੀਟਰ ਤੱਕ ਜਾ ਸਕੇ, ਹਾਲਾਂਕਿ ਉਹ ਬਿਲਕੁਲ 200-300-400 ਮੀਟਰ ਤੱਕ ਹੀ ਅੱਗੇ ਆਇਆ ਅਤੇ ਉਸ ਤੋਂ ਬਾਅਦ ਜਿਹੜੇ ਟੀਅਰ ਗੈਸ ਡ੍ਰੌਪ ਕਰਕੇ ਵਾਪਸ ਚਲਾ ਗਿਆ। ਤਾਂ ਇਹ ਤਿਆਰੀਆਂ ਦਾ ਪਾਰਟ ਹੈ, ਉਹ ਚਾਹੇ ਵਾਟਰ ਕੈਨਨ ਹੈ, ਉਹ ਚਾਹੇ ਬੈਰੀਕੇਡਿੰਗ ਹੈ, ਉਹ ਚਾਹੇ ਟੀਅਰ ਗੈਸ ਹੈ, ਉਹ ਚਾਹੇ ਡਰੋਨ ਹੈ, ਉਹ ਚਾਹੇ ਜਿਹੜੀ ਇੱਥੇ ਪੈਰਾਮਿਲਟਰੀ ਫੋਰਸਿਸ ਨੂੰ ਤੈਨਾਤ ਕੀਤਾ ਗਿਆ, ਉਹ ਸਾਰੀਆਂ ਤਸਵੀਰਾਂ ਜਾਂ ਸਾਰਾ ਜਿਹੜੀਆਂ ਮਾਹੌਲ ਹੈ ਇੱਕ ਤਰੀਕੇ ਨਾਲ ਇੱਕ ਮੈਸੇਜ ਭੇਜਣ ਦੀ ਕੋਸ਼ਿਸ਼ ਹੈ। ਇੱਕ ਤਸਵੀਰ ਤੁਸੀਂ ਦੇਖੋ ਗਗਨ, ਜਿਹੜੀ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ, ਥੋੜ੍ਹਾ ਜਿਹਾ ਵਿਨੋਦ ਜੇਕਰ ਇਸ ਸਾਈਡ ਆ ਸਕੋ, ਆਪਾਂ ਇੱਥੋਂ ਤਸਵੀਰ ਦਿਖਾ ਦਈਏ ਇੱਕ ਵਾਰੀ, ਥੋੜ੍ਹੀ 1-1.5 ਘੰਟੇ ਤੇ ਹੁੰਦੇ ਵਿਚਾਲੇ ਜਿਹੜੀ ਤਸਵੀਰ ਆ ਉਸ ਦੇ ਵਿੱਚ ਫਰਕ ਇਹੀ ਹੈ ਕਿ ਪਹਿਲਾਂ ਬਹੁਤ ਜ਼ਿਆਦਾ ਭੀੜ ਇੱਥੇ ਨਜ਼ਰ ਆ ਰਹੀ ਸੀ, ਥੋੜ੍ਹਾ ਜਿਹਾ ਜਿਹੜੇ ਨੌਜਵਾਨ ਉੱਥੇ ਪਹੁੰਚ ਜਾਂਦੇ ਸੀ ਉਹ ਪਿੱਛੇ ਆਏ ਹੈ, ਵਾਰ ਵਾਰ ਉੱਥੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਉੱਥੇ ਪੁਲਿਸ ਦੇ ਅਧਿਕਾਰੀ ਨੇ ਕਿ ਤੁਸੀਂ ਪਿੱਛੇ ਹੋ ਜਾਓ। ਇਨਫੈਕਟ ਜੋ ਮੈਂ ਉਹਨਾਂ ਨੂੰ ਸੁਣ ਪਾ ਰਿਹਾ ਸੀ, ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਸੀਂ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਤੁਸੀਂ ਆਪਣਾ ਪ੍ਰੋਟੈਸਟ ਕਰਨਾ ਹੈ, ਤੁਸੀਂ ਕੋਈ ਹੋਰ ਗੱਲਬਾਤ ਕਰਨੀ ਹੈ ਕਰਦੇ ਰਹੋ, ਜਦੋਂ ਤੁਸੀਂ ਬੈਰੀਕੇਡਿੰਗ ਨੂੰ ਦੇ ਨੇੜੇ ਪਹੁੰਚ ਜਾਂਦੇ ਹੋ, ਬੈਰੀਕੇਡਿੰਗ ਦੇ ਉੱਪਰ ਚੜ੍ਹ ਕੇ ਕੋਈ ਪ੍ਰੋਟੈਸਟ ਕਰਦੇ ਹੋ, ਤਾਂ ਫਿਰ ਉਹ ਉਸਦੀਆਂ ਜਿਹੜੀਆਂ ਪੋਸੀਬਿਲਿਟੀਜ਼ ਅਸੀਂ ਨਹੀਂ ਰੱਖਾਂਗੇ, ਤਾਂ ਉਹ ਇੱਕ ਪਿਕਚਰ ਨਜ਼ਰ ਆਈ ਹੈ। ਤਾਂ ਕੁੱਲ ਮਿਲਾ ਕੇ ਇੱਥੇ ਦੀ ਸਥਿਤੀ ਗਗਨ ਇਹੀ ਹੈ ਕਿ ਤਿਆਰੀਆਂ ਦੇ ਲਿਹਾਜ਼ ਤੋਂ ਹਰਿਆਣਾ ਪੁਲਿਸ, ਹਰਿਆਣਾ ਦਾ ਪ੍ਰਸ਼ਾਸਨ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇਕਰ ਕਿਸਾਨ ਇੱਥੇ ਕੱਲ੍ਹ ਨੂੰ ਆਉਂਦੇ ਨੇ, ਪੂਰਾ ਜਿਹੜਾ ਰੋਡ ਹੈ ਜੇ ਭਰਿਆ ਹੁੰਦਾ ਹੈ ਕੱਲ੍ਹ ਨੂੰ, ਤਾਂ ਫਿਰ ਵਾਟਰ ਕੈਨਨ ਤਾਂ ਟੀਅਰ ਗੈਸ ਉਸਦਾ ਇਸਤੇਮਾਲ